ਦੋਸਤੋ ਇਸ ਵੇਲੇ ਦੀ ਤੁਹਾਡੇ ਨਾਲ ਇੱਕ ਹੋਰ ਵੱਡੀ ਅਪਡੇਟ ਸਾਂਝੀ ਕਰਨ ਲੱਗੇ ਹਾਂ ਹੁਣੇ ਹੀ ਰਾਜਪੁਰਾ ਪਟਿਆਲਾ ਦੇ ਲਾਗੇ ਬੇਅਦਬੀ ਦੀ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਬਿਨਾਂ ਸਿਰ ਟੱਗੇ ਤੇ ਬਿਨਾਂ ਜੁੱਤੇ ਉਤਾਰੇ ਸਿੱਧਾ ਹੀ ਗੁਰੂ ਘਰ ਦੇ ਵਿੱਚ ਏਂਟਰ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਇਸ ਮੂਰਖ ਲੜਕੇ ਨੂੰ ਮੌਕੇ ਤੇ ਸਿੱਖ ਸੇਵਾਦਾਰਾਂ ਦੇ ਬਲੋਂ ਕਾਬੂ ਕਰ ਲਿਆ ਜਾਂਦਾ ਹੈ ਇਸ ਦੁਸ਼ਟ ਦੇ ਬਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ ਨੂੰ ਭੰਗ ਕਰਨ ਦੀ ਇੱਕ ਵੱਡੀ ਸ਼ੁਰਤ ਕਰੀ ਗਈ ਹੈ ਇਸ ਲੜਕੇ ਦੀ ਪਛਾਣ ਸਾਹਿਲ अरोड़ा ਦੇ ਨਾਮ ਤੋਂ ਹੋਈ ਹੈ ਤੇ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀ ਹੈ ਕਿ ਇਸ ਬਨਾਈ ਲੜਕਾ ਕੋਈ ਵੱਡੀ ਹਰਕਤ ਕਰਦਾ ਇਸ ਨੂੰ ਪਹਿਲਾਂ ਹੀ ਸਿੰਘਾਂ ਦੇ ਬਲੋਂ ਕਾਬੂ ਕਰਕੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਤੇ ਅੱਜ ਦੇ ਨਹੀਂ ਗੁਰਦੁਆਰਾ ਦੇ ਵਿੱਚ ਬਿਆਦਵੀ ਦੇ ਮਾਮਲਿਆਂ ਦੀ ਸੰਖਿਆ ਬਹੁਤ ਹੀ ਜ਼ਿਆਦਾ ਵੱਧਦੀ ਜਾ ਰਹੀ ਹੈ ਤੇ ਜਦ ਸਿੰਘਾਂ ਦੇ ਬਲੋਂ ਇਹਨਾਂ ਦੋਸ਼ੀਆਂ ਦਾ ਸੋਧਾ ਲਾ ਦਿੱਤਾ ਜਾਂਦਾ ਤਾਂ ਫਿਰ ਸਿੱਖਾਂ ਨੂੰ ਦੋਸ਼ੀ ਠਹਿਰਾ ਕੇ ਕਾਬੂ ਕਰ ਲਿਆ ਜਾਂਦਾ ਤੇ ਦੋਸਤੋ ਇਸ ਮੁੱਦੇ ਤੇ ਤੁਹਾਡੇ ਕੀ ਵਿਚਾਰ ਨੇ ਉਹ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ